ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ। ਪੰਜਾਬ ਸਰਕਾਰ ਵੱਲੋਂ 2018 ਦੀ ਜਾਰੀ ਕੀਤੀਆਂ ਛੁੱਟੀਆਂ ਦੀ ਸੂਚੀ ਵਿੱਚੋਂ ਭਗਵਾਨ ਪਰਸ਼ੂਰਾਮ ਜਯੰਤੀ ਦੀ ਛੁੱਟੀ ਰੱਦ ਕਰਨ 'ਤੇ ਪਟਿਆਲੇ ਵਿਖੇ ਅੱਜ ਬ੍ਰਾਹਮਣ ਸਭਾ ਪਟਿਆਲਾ ਵੱਲੋਂ ਡੀਸੀ ਦਫ਼ਤਰ ਦੇ ਸਾਹਮਣੇ ਭੁੱਖ ਹੜਤਾਲ ਅਤੇ ਰੋਸ ਧਰਨਾ ਲਗਾਇਆ ਗਿਆ। ਮੀਡੀਆ ਨੂੰ ਸੰਬੋਧਨ ਕਰਦਿਆਂ ਪ੍ਰਮੋਦ ਚੰਦ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਭਗਵਾਨ ਪਰਸ਼ੂਰਾਮ ਜਯੰਤੀ ਮੌਕੇ ਸਰਕਾਰੀ ਛੁੱਟੀ ਰੱਦ ਕਰਨ 'ਤੇ ਸਮੁੱਚੇ ਬ੍ਰਾਹਮਣ ਭਾਈਚਾਰੇ ਨੂੰ ਬਹੁਤ ਠੇਸ ਪਹੁੰਚੀ ਹੈ। ਪੰਜਾਬ ਸਰਕਾਰ ਨੇ ਬ੍ਰਾਹਮਣ ਭਾਈਚਾਰੇ ਨਾਲ ਵਿਤਕਰਾ ਕੀਤਾ। ਹੁਣ ਜਾਂ ਤਾਂ ਸਰਕਾਰ ਸਾਰੀਆਂ ਛੁੱਟੀਆਂ ਰੱਦ ਕਰੇ ਜਾਂ ਭਗਵਾਨ ਪਰਸ਼ੂਰਾਮ ਜਯੰਤੀ ਦੀ ਛੁੱਟੀ ਬਹਾਲ ਕਰੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਇੰਨੇ ਨਗਰ ਕੀਰਤਨ 'ਤੇ ਛੁੱਟੀਆਂ ਹਰੇਕ ਤਿਉਹਾਰ 'ਤੇ ਛੁੱਟੀਆਂ ਹੁੰਦੀਆਂ ਨੇ। ਹਰ ਜਾਤ ਦੀਆਂ ਛੁੱਟੀਆਂ ਕੀਤੀਆਂ ਗਈਆਂ ਨੇ, ਪਰ ਸਾਡੇ ਬ੍ਰਾਹਮਣ ਸਮਾਜ ਨਾਲ ਪੰਜਾਬ ਸਰਕਾਰ ਨੇ ਵਿਤਕਰਾ ਕੀਤਾ। ਮੇਰਾ ਨਾਮ ਜੀ ਪ੍ਰਮੋਦ ਚੰਦ ਸ਼ਰਮਾ, ਮੈਂ ਵਰਿਸ਼ਠ ਉਪਾਧਿਅਕਸ਼ ਔਰ ਮੀਡੀਆ ਪ੍ਰਭਾਰੀ ਹਾਂ। ਅਤੇ ਪੰਜਾਬ ਸਰਕਾਰ ਨੇ ਜਿਹੜੀ ਛੁੱਟੀਆਂ ਦੀ ਲਿਸਟ ਜਾਰੀ ਕੀਤੀ ਸੀ 2018 ਦੀ, ਉਸ 'ਚ ਭਗਵਾਨ ਪਰਸ਼ੂਰਾਮ ਜਯੰਤੀ ਦੀ ਛੁੱਟੀ ਰੱਦ ਕਰਤੀ, ਜਿਸ 'ਤੇ ਸਾਰੇ ਬ੍ਰਾਹਮਣ ਭਾਈਚਾਰੇ ਨੂੰ ਬੜੀ ਠੇਸ ਪਹੁੰਚੀ ਹੈ। ਪੰਜਾਬ ਸਰਕਾਰ ਨੇ ਬ੍ਰਾਹਮਣ ਭਾਈਚਾਰੇ ਨਾਲ ਬੜਾ ਵਿਤਕਰਾ ਕਰਿਆ। ਜਾਂ ਤਾਂ ਪੰਜਾਬ ਸਰਕਾਰ ਸਾਰੀਆਂ ਛੁੱਟੀਆਂ ਬੰਦ ਕਰਤੀ ਤਾਂ ਸਾਨੂੰ ਤਸੱਲੀ ਹੁੰਦੀ, ਨਹੀਂ ਜਾਂ ਤਾਂ ਸਾਡੀ ਛੁੱਟੀ ਬਹਾਲ ਕਰੇ ਜਾਂ ਸਾਰੀਆਂ ਛੁੱਟੀਆਂ ਬੰਦ ਕਰੇ। ਇਹ ਕਾਰਨ ਪੰਜਾਬ ਸਰਕਾਰ ਨੂੰ ਹੀ ਪਤਾ, ਜੇ ਉਹ ਜ਼ਿਆਦਾ ਐਫੀਸ਼ੀਐਂਸੀ ਚਾਹੁੰਦੀ ਹੈ ਸਰਕਾਰ ਦੀ ਦਫ਼ਤਰਾਂ 'ਚ, ਫਿਰ ਉਹਨਾਂ ਨੇ ਜਿਹੜਾ 2 ਤਰੀਕ ਦਾ ਬੰਦ ਕਿਉਂ ਕਰਵਾਇਆ, ਕਿਉਂ ਬੱਸਾਂ ਬੰਦ ਕਰਵਾਈਆਂ ਉਹਨਾਂ ਨੇ, ਕਿਉਂ ਸਕੂਲ ਬੰਦ ਕਰਵਾਏ, ਅਤੇ ਇੱਕ ਦਿਨ ਪਰਸ਼ੁਰਾਮ ਦੀ ਜਯੰਤੀ ਦੀ ਛੁੱਟੀ ਕਰਕੇ ਕੀ ਨੁਕਸਾਨ ਹੋਣਾ ਸੀ ਪੰਜਾਬ ਸਰਕਾਰ ਦਾ, ਜਦੋਂ ਕਿ ਇੰਨੇ ਛੁੱਟੀਆਂ ਹਰ ਤੀਜੇ ਦਿਨ ਉਹ ਛੁੱਟੀ ਕਰ ਦਿੰਦੇ ਆ। ਕਦੀ ਪੰਜਾਬ 'ਚ ਇੰਨੇ ਨਗਰ ਕੀਰਤਨਾਂ ਦੀਆਂ ਛੁੱਟੀਆਂ, ਇੰਨੇ ਤਿਉਹਾਰਾਂ ਦੀਆਂ ਛੁੱਟੀਆਂ, ਹਰ ਜਾਤ ਦੀਆਂ ਛੁੱਟੀਆਂ ਉਹ ਕਰਦੀ ਆ, ਪਰ ਸਾਡੇ ਬ੍ਰਾਹਮਣ ਸਮਾਜ ਨਾਲ ਪੰਜਾਬ ਸਰਕਾਰ ਨੇ ਵਿਤਕਰਾ ਕਰਿਆ। ਜੇ ਛੁੱਟੀ ਬਹਾਲ ਨਹੀਂ ਕਰਦੀ ਤਾਂ ਸਾਡੀ ਬ੍ਰਾਹਮਣ ਸਮਾਜ ਨੂੰ 2019 ਦੀਆਂ ਚੋਣਾਂ ਵਿੱਚ ਸੋਚਣਾ ਪਏਗਾ, ਅਸੀਂ ਡਟ ਕੇ ਇਹਨਾਂ ਦਾ ਵਿਰੋਧ ਕਰਾਂਗੇ। ਅਸੀਂ ਡੀਸੀ ਨੂੰ, ਪੰਜਾਬ ਦੇ ਮੁੱਖ ਮੰਤਰੀ ਨੂੰ ਮੈਮੋਰੈਂਡਮ ਭੇਜਿਆ ਡੀਸੀ ਰਾਹੀਂ, ਮਹਾਰਾਣੀ ਪ੍ਰਨੀਤ ਨੂੰ ਵੀ ਕੱਲ੍ਹ ਮਿਲੇ ਹੈ, ਅਸੀਂ ਪਟਿਆਲੇ ਦੇ ਜਿਹੜੇ ਲੋਕਲ ਲੀਡਰ ਹੈ ਕੇ ਸ਼ਰਮਾ ਔਰ ਸੰਜੀਵ ਬਿੱਟੂ ਜੀ, ਇਹਨਾਂ ਨੂੰ ਵੀ ਮਿਲੇ ਹੈ, ਮਗਰ ਸਾਡੀ ਛੁੱਟੀ ਦੀ ਅੱਜ ਤੱਕ ਬਹਾਲੀ ਨਹੀਂ। ਅਗਲਾ ਸਟੈਪ ਤਾਂ ਇਹ ਹੈ, ਥੋੜ੍ਹਾ ਜਿਹਾ ਅਸੀਂ ਸ਼ਾਂਤੀ ਪ੍ਰੀਆ ਲੋਕ ਹਾਂ, ਅਸੀਂ ਕੋਈ ਤੋੜ ਫੋੜ 'ਚ ਵਿਸ਼ਵਾਸ ਨਹੀਂ ਰੱਖਦੇ, ਨਾ ਅਸੀਂ ਕੋਈ ਰਸਤੇ ਰੋਕਣੇ ਹਾਂ। ਅਸੀਂ ਤਾਂ ਸ਼ਾਂਤੀ ਨਾਲ ਅੱਜ ਪ੍ਰਦਰਸ਼ਨ ਕਰਿਆ ਭੁੱਖ ਹੜਤਾਲ ਦਾ। ਉਹ ਜਿਹੜਾ ਅਗਲਾ ਸਾਡਾ ਅਗਲਾ ਐਕਸ਼ਨ ਹੋਊਗਾ ਉਹ 2019 ਦੀਆਂ ਚੋਣਾਂ 'ਚ ਹੋਊਗਾ, ਅਸੀਂ ਕਾਂਗਰਸ ਨੂੰ ਸਭ ਬਾਰੇ ਅੱਜ ਵਿਚਾਰ ਕਰ ਲਿਆ ਜਾਵੇ ਜੀ, ਸਾਰਾ ਬ੍ਰਾਹਮਣ ਸਮਾਜ ਦਾ ਵਿਰੋਧ ਜਾਣਾ। ਬਿਊਰੋ ਰਿਪੋਰਟ, ਏਟੀਵੀ ਨਿਊਜ਼। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ 'ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈੱਲ ਆਈਕਨ ਜ਼ਰੂਰ ਦਬਾਓ।